ਤੁਸੀਂ ਇੱਕ ਚੌਰਸ ਕਾਗਜ਼ ਨਾਲ ਇੱਕ ਪ੍ਰੋਟੈਕਟਰ ਜਾਂ ਡੀ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਕਾਗਜ਼ ਦੀ ਵਿਚਕਾਰਲੀ ਲਾਈਨ 'ਤੇ ਮੋੜੋ, ਇੱਕ ਕੋਨਾ ਮੱਧ ਰੇਖਾ 'ਤੇ ਰੱਖੋ ਅਤੇ ਉਸ ਨੂੰ ਉੱਪਰ ਨੀਚੇ ਇਸ ਤਰ੍ਹਾਂ ਘੁਮਾਓ ਤਾਂ ਜੋ ਕ੍ਰੀਜ਼ ਦੀ ਰੇਖਾ ਦੂਜੇ ਪੁਆਇੰਟ 'ਤੇ ਆਰ ਪਾਰ ਕਰੇ ਜਾਂ ਪਾਸ ਕਰ ਜਾਵੇ ਅਤੇ ਇਹ ਕਾਗਜ਼ ਦੇ ਇੱਕ ਕਿਨਾਰੇ ਨੂੰ 3:1 ਬਰਾਬਰ 60 ਡਿਗਰੀ ਦੇ ਕੋਣ 'ਤੇ ਵੰਡ ਦੇਵੇਗਾ। ਤੁਹਾਨੂੰ 60 ਡਿਗਰੀ ਦੇ 3 ਬਰਾਬਰ ਹਿੱਸੇ ਸੈਕਟਰਸ ਵਿਖਾਈ ਦੇਣਗੇ। ਹੁਣ ਫਲੈਪ ਨੂੰ ਅੰਦਰ ਮੋੜੋ। ਇਸ ਤ੍ਰਿਕੋਣ ਵਿੱਚ ਇੱਕ ਕੋਣ 60 ਡਿਗਰੀ ਦਾ ਹੈ, ਦੂਜਾ ਚਕੌਰ ਸਕੁਐਰ ਦਾ ਕੋਨਾ 90 ਡਿਗਰੀ ਦਾ ਅਤੇ ਤਾਂ ਜੋ ਬਾਕੀ ਰਹਿੰਦਾ ਕੋਣ ਐਂਗਲ 30 ਡਿਗਰੀ ਦਾ ਹੈ। ਸਭ ਤੋਂ ਉੱਪਰਲਾ ਐਂਗਲ 30 ਡਿਗਰੀ ਦਾ ਹੈ ਤਾਂ ਜੋ ਉਸ 'ਤੇ ਨੀਚਲਾ ਕੋਣ ਵੀ 30 ਡਿਗਰੀ ਦਾ ਬਣ ਜਾਵੇਗਾ। ਜਿਵੇਂ ਪੂਰਾ ਕੋਣ 90 ਡਿਗਰੀ ਦਾ ਹੈ ਤਾਂ ਉਸਦਾ ਬਚਦਾ ਕੋਣ 30 ਡਿਗਰੀ ਦਾ ਹੋਵੇਗਾ। ਇਸ ਕੋਣ ਦੇ ਅੱਧ ਵਿੱਚੋਂ ਮੋੜੋ ਤਾਂ ਜੋ ਉਹ 15 ਡਿਗਰੀ ਦਾ ਬਣ ਜਾਵੇਗਾ। ਇਸ ਤ੍ਰਿਕੋਣ ਦਾ ਸਭ ਤੋਂ ਉੱਪਰਲਾ ਕੋਣ ਹੁਣ 30 + 15 45 ਡਿਗਰੀ ਹੋ ਜਾਵੇਗਾ। ਹੁਣ ਜਿਵੇਂ ਬਾਕੀ ਰਹਿੰਦਾ ਕੋਣ 60 ਡਿਗਰੀ ਦਾ ਹੈ ਤਾਂ ਇਸ ਤਰ੍ਹਾਂ ਬਚਿਆ ਹੋਇਆ ਕੋਣ 75 ਡਿਗਰੀ ਦਾ ਬਣ ਜਾਵੇਗਾ। ਕਿਉਂਕਿ ਤ੍ਰਿਕੋਣ ਕੋਣ ਦਾ ਜੋ ਜੋੜ 180 ਡਿਗਰੀ ਹੋਣਾ ਚਾਹੀਦਾ ਹੈ, ਹੁਣ 75 ਡਿਗਰੀ ਕੋਣ ਨੂੰ ਖੋਲ੍ਹਣ 'ਤੇ ਤੁਹਾਨੂੰ 150 ਡਿਗਰੀ ਕੋਣ ਮਿਲੇਗਾ ਅਤੇ 60 ਡਿਗਰੀ ਨੂੰ ਖੋਲ੍ਹਣ 'ਤੇ 120 ਡਿਗਰੀ ਮਿਲੇਗਾ। ਇਹ ਮਜ਼ੇਦਾਰ ਹੋਵੇਗਾ ਕਿ ਕਿਸ ਤਰ੍ਹਾਂ ਅਸੀਂ ਆਪਣੀ ਪ੍ਰੋਟੈਕਟਰ ਨੂੰ ਮੋੜ ਕੇ ਹੋਰ ਦਰਜਨ ਕੋਣ ਵੇਖ ਕੇ ਆਨੰਦ ਲੈ ਸਕਦੇ ਹਾਂ।